हेल्थ प्लस प्रोग्राम च तुहाडा सब दा स्वागत है। अज असीं तुहानू लै के चल रहे हां उम्मीद हस्पताल, जो कि एक मल्टी स्पैशलिटी हस्पताल है। ये सामने दाना मंडी जंडियाला गुरू विखे स्थित है। साडी टीम ने इत्थों दे मैडिकल ऑफिसर डॉक्टर जितेंद्र नाल गलबात कीती। इस हस्पताल दे विच जोड़ां दे हर तरह के दर्द का इलाज, टुटियां हड्डियां का इलाज, हड्डियां विच कैल्शियम की कमी का इलाज, रीढ़ की हड्डी के मणकियां का इलाज, गोडे अते झूले बदले जाते हैं। इस हस्पताल विच एमरजेंसी 24 घंटे वेखी जाती है। ये एक ट्रॉमा सेंटर भी है। इत्थे हर तरह के ऑपरेशन किए जाते हैं। डॉक्टर जितेंद्र जी ने सानू उम्मीद हस्पताल बारे विस्तृत जानकारी दी। स्वागत है। अज असीं आए हां उम्मीद हॉस्पिटल, एक ऐसा हॉस्पिटल जिहड़ा कि मेन रोड के उपर जंडियाले विखे स्थित है और ट्रोमा के केसिस होण, हड्डियां चूल्यां की गल होवे, हर्ट की गल होवे, हर तरह की जिहड़ी हैगी सेवावां इत्थे दित्तियां जांदियां ने। और असीं गल कर रहे इत्थे मैडिकल ऑफिसर डॉक्टर जितेंद्र जी दे नाल। डॉक्टर जितेंद्र जी, तुहाडा स्वागत है साडे स्पैशल शो च। हाँ जी, ये जंडियाला उम्मीद हॉस्पिटल जी, मैं डॉक्टर जितेंद्र हाँ, ऑन ड्यूटी मैडिकल ऑफिसर। तो साडा जिहड़ा हॉस्पिटल है, डॉक्टर विकास भंडारी ने इत्थों दे MS ओरथों जिहड़े ट्रोमा सारा देखते हैं, ओरथों का सारा जिहड़ा भी केस जिन्हें केस ओरथों के सारे उही देखते हैं। बाकी जिहड़ा साडा परपज़ है वह पेशेंट की फैसिलिटी वास्ते है। पेशेंट ज़्यादा पुअर आते हैं, मिनीमल से चार्जिज रखे हुए हॉस्पिटल के, कोई ज़्यादा चार्जिज नहीं रखे। फैसिलिटी पेशेंट नूं रूम्स है, वार्ड ने 500-1000 पर डे रखे है। इसका जिस तरीके जितेंद्र जी असं देख रहे हैं ओवरलैपिंग है पेशेंट्स की, हालांकि 3 बजे के करीब पेशेंट्स की रश कर जाता, लेकिन इतने ओवरलैपिंग हैगी है, पेशेंट्स बहुत ज़्यादा ने। और की कहना चाहोगे कि फैसिलिटियां कारण है और पिछले लंबे समय तो सेवावां करते करके एक घर बना चुके हैं तुम लोगों के दिलों के, यही कारण? हाँ जी बाजी, लोगों की सेवा ही करी दी है, बस लोगों सेवा करके ही लोग बस जुड़े हैं नाल, कि उम्मीद हॉस्पिटल का ना जरा पिछले 4 साल तो बन चुका है, जिद करके लोगों की फैसिलिटी ਵਿੱਚ ਅਸੀਂ ਬੈਠੇ ਹੋਏ ਹਾਂ ਲੋਕਾਂ ਦੀ ਸੇਵਾ ਕਰਨ ਵਾਸਤੇ। ਔਰ ਡਾਕਟਰ ਭੰਡਾਰੀ, ਜਿਹੜੇ ਗੋਡੇ ਚੂਲੇ ਬਦਲਣ ਦੀ ਗੱਲ ਕਰ ਲਈਏ, ਟਰੋਮਾ ਦੀ ਗੱਲ ਕਰ ਲਈਏ, ਸਪੋਰਟਸ ਇੰਜਰੀ ਦੀ ਗੱਲ ਕਰ ਲਈਏ, ਜਿਹੜੇ ਹਰ ਚੀਜ਼ ਸਪੈਸ਼ਲਿਸਟ ਆ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਡਾਕਟਰ ਭੰਡਾਰੀ ਦੇਖੋ ਜੀ, ਸਾਡੇ ਹੋਸਪਿਟਲ ਦੇ ਓਨਰ ਹੈਗੇ ਨੇ, ਉਹਨਾਂ ਬਾਰੇ ਅਸੀਂ ਕੀ ਕਹਿ ਸਕਦੇ ਹਾਂ, ਉਹ ਤਾਂ ਸਾਡੇ ਗੁਰੂ ਹੈਗੇ ਨੇ, ਅਤੇ ਉਹਨਾਂ ਕਰਕੇ ਹੀ ਹੋਸਪਿਟਲ ਚੱਲ ਰਿਹਾ, ਜਿਹੜਾ ਕਰਕੇ ਟਰੋਮਾ ਔਰਥੋ ਸਰਜਰੀ ਸਾਰੇ ਹੀ ਉਹ ਹੀ ਕਰਦੇ ਨੇ, ਅਤੇ ਆਪਾਂ ਤਾਂ ਉਹਨਾਂ ਦੇ ਥੱਲੇ ਹੀ ਬੈਠੇ ਹੋਏ ਹਾਂ ਬਸ। ਜਤਿੰਦਰ ਜੀ, ਜਿਸ ਤਰੀਕੇ ਦੇ ਨਾਲ ਇੱਥੇ ਤੁਹਾਡੇ ਕੋਲ ਸਰਪਲਸ ਸਟਾਫ ਹੈਗਾ ਔਰ ਨਰਸਿੰਗ ਸਟਾਫ ਤੁਸੀਂ ਬਹੁਤ ਜ਼ਿਆਦਾ ਵੱਡਾ ਰੱਖਿਆ ਹੋਇਆ, ਜਿਹਦੇ ਨਾਲ ਕਿ ਪੇਸ਼ੈਂਟਸ ਨੂੰ ਕੋਈ ਦਿੱਕਤ ਨਹੀਂ ਆਉਂਦੀ ਗੀ, ਕਿਉਂਕਿ ਜਦੋਂ ਸਟਾਫ ਜ਼ਿਆਦਾ ਹੁੰਦਾ, ਸਟਾਫ ਕੇਅਰ ਕਰਦਾ, ਤਾਂ ਫਿਰ ਉਹਦੇ 'ਚ ਪੇਸ਼ੈਂਟਸ ਲਈ ਇੱਕ ਈਜ਼ੀਨੈਸ ਜੀ ਰਹਿੰਦੀ ਆ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਸਟਾਫ ਦੇਖੋ ਪ੍ਰੋਪਰ ਪ੍ਰੋਵਾਈਡ ਹੈਗਾ ਸਟਾਫ, ਮੈਂ ਉੱਠ ਕੇ ਪੇਸ਼ੈਂਟ ਅਟੈਂਡ ਕਰ ਲੈਂਦਾ ਅਗਰ ਸਟਾਫ ਅਵੇਲੇਬਲ ਨਹੀਂ ਹੈ ਤਾਂ, ਪਰ ਸਟਾਫ ਆਪਣੇ ਕੋਲ ਸਾਰਾ ਅਵੇਲੇਬਲ ਹੈਗਾ, ਰਾਊਂਡ ਦੀ ਕਲੋਕ ਸਟਾਫ ਹੈ, ਹਰ 6 ਆਵਰ ਬਾਅਦ ਸਟਾਫ ਚੇਂਜ ਹੋ ਜਾਂਦਾ, ਨਾਈਟ ਦਾ ਸਟਾਫ ਅਲੱਗ ਰੱਖਿਆ ਹੋਇਆ, ਮਾਰਨਿੰਗ 'ਚ ਅਲੱਗ ਹੈ, ਈਵਨਿੰਗ 'ਚ ਅਲੱਗ ਹੈ, ਨਾਈਟ 'ਚ ਮੈਡੀਕਲ ਅਫਸਰ ਅਲੱਗ ਹੈ, ਦਿਨੇ ਮੈਡੀਕਲ ਅਫਸਰ ਅਲੱਗ ਹੈ ਜੀ। ਸਰ, ਟਰੋਮਾ ਦੇ ਕੇਸਿਸ ਬਹੁਤ ਜ਼ਿਆਦਾ ਹੁੰਦੇ ਨੇ, ਜਿੱਦਾਂ GT ਰੋਡ 'ਤੇ ਪਰਸੋਂ ਵੀ, ਜਿੱਦਾਂ ਇੱਕ ਸਿੰਗਰ ਜਿਹੜਾ ਹੈਗਾ, ਬੜਾ ਉੱਭਰਦੀ ਆਵਾਜ਼ ਦਾ ਜਿਹੜਾ ਸਿੰਗਰ ਸੀਗਾ, ਉਹ ਵੀ ਇੱਥੇ ਮਤਲਬ ਜਿਹੜਾ ਹੈਗਾ ਐਕਸੀਡੈਂਟ ਹੋਇਆ ਔਰ ਉਸਦੀ ਜਾਨ ਵੀ ਇੱਥੇ ਚਲੀ ਗਈ, ਕੀ ਕਹਿਣਾ ਚਾਹੋਗੇ? ਹਾਂਜੀ, ਪਰਸੋਂ ਨਾਈਟ 'ਚ ਆਇਆ ਸੀ ਐਮਰਜੈਂਸੀ, ਇੱਕ ਉਹ ਸਿੰਗਰ ਦਿਲਜਾਨ ਹੈ ਕੋਈ ਨਾਮ ਕਰਕੇ ਉਹਨਾਂ ਦਾ, ਅਤੇ ਉਹ ਬੜਾ ਸਵੇਰ ਟਰੋਮਾ ਸੀ, ਉਹਨੂੰ ਸਪੋਰਟ ਟੂ ਵੈਂਟੀਲੇਟਰ ਦੀ ਜ਼ਰੂਰਤ ਸੀ, ਇਸ ਕਰਕੇ ਆਪਾਂ ਇਮੀਡੀਏਟਲੀ ਉਹਨੂੰ ਐਮਰਜੈਂਸੀ ਸ਼ਿਫਟ ਕਰਨਾ ਪਿਆ ਅੰਮ੍ਰਿਤਸਰ। ਪਰ ਸਵੇਰੇ ਮੋਰਨਿੰਗ 'ਚ ਪਤਾ ਲੱਗਿਆ ਸਾਨੂੰ ਕਿ ਉਹ ਸਿੰਗਰ ਸੀ, ਕੋਈ ਦਿਲਜਾਨ, ਅਤੇ ਉਹਦਾ ਉਹਦੀ ਡੈਥ ਹੋ ਗਈ ਹੈ। ਡਾਕਟਰ ਸਾਹਿਬ, ਇਹ ਜਿਹੜਾ ਹੋਸਪਿਟਲ ਹੈ ਉਹ ਇੱਕ ਮੁੱਢਲੀ ਸਹਾਇਤਾ ਦਾ ਇੱਕ ਬਹੁਤ ਵੱਡਾ ਕੇਂਦਰ ਹੈ ਲੋਕਾਂ ਦੇ ਲਈ, ਕਿਉਂਕਿ ਬੀਂਗ ਔਨ GT ਰੋਡ ਔਰ ਅੰਮ੍ਰਿਤਸਰ ਤੋਂ ਪਹਿਲਾਂ ਕੋਈ ਵੀ ਟਰੋਮਾ, ਕੋਈ ਵੀ ਚੀਜ਼ ਆ ਜਿਹਦੇ 'ਚ ਭੀੜ ਭਾੜ ਨਹੀਂ ਹੈ, ਜਿਹਦੇ 'ਚ ਬਿਲਕੁਲ ਈਜ਼ੀ ਹੋ ਕੇ ਬੰਦਾ ਇੱਕ ਵਾਰੀ ਆ ਕੇ ਮੁੱਢਲੀ ਸਹਾਇਤਾ ਲੈ ਸਕਦਾ? ਹਾਂਜੀ, ਆਪਾਂ ਪੇਸ਼ੈਂਟ ਦੇਖੋ, ਆਪਣੇ ਕੋਈ ਟਰੋਮਾ ਆਉਂਦਾ, ਕੋਈ ਐਮਰਜੈਂਸੀ ਆਉਂਦੀ, ਮੈਂ ਦੈਨ ਕੋਈ ਵੀ ਐਮਰਜੈਂਸੀ ਆਵੇ, ਆਪਾਂ ਫਸਟ ਏਡ ਦੇ ਕੇ ਪੇਸ਼ੈਂਟ ਨੂੰ ਜਿਹੜਾ ਸ਼ਿਫਟ ਕਰਵਾ ਦਈਦਾ। ਜੇ ਪੇਸ਼ੈਂਟ ਨੇ ਕਿਤੇ ਟੈਂਡਨ ਹੈ ਕਿਤੇ, ਜਾਂ ਗੁਰੂ ਨਾਨਕ ਹੋਸਪਿਟਲ ਸ਼ਿਫਟ ਕਰਾਈਦਾ, ਜਾਂ ਗੁਰਾਮ ਦਾ ਸ਼ਿਫਟ ਕਰ ਦਈਦਾ, ਫਰਦਰ ਕਿਤੇ ਵੀ ਪੇਸ਼ੈਂਟ ਕਿਤੇ ਲੈ ਕੇ ਜਾਣ 'ਚ ਲੈ ਜਾਂਦੇ। ਔਰ ਜਿਸ ਤਰੀਕੇ ਦੇ ਨਾਲ ਕਰੋਨਾ ਦਾ ਐਪੀਡੈਮਿਕ ਆ, ਉਹਦੇ 'ਚ ਅਸੀਂ ਦੇਖਿਆ ਕਿ ਬਾਹਰ ਤੁਹਾਡੇ ਬੰਦੇ ਜਿਹੜੇ ਹੈਗੇ ਆ ਉਹ ਪਹਿਲਾਂ ਸੈਨੇਟਾਈਜ਼ ਕਰਾਉਂਦੇ ਹੈਗੇ ਆ, ਹੱਥਾਂ ਨੂੰ ਕਰਾਉਂਦੇ ਆ, ਉਸ ਬਾਅਦ ਕਹਿੰਦੇ ਮਾਸਕ ਲਾ ਕੇ ਜਾਓ ਅੰਦਰ, ਮਤਲਬ ਕਾਫੀ ਧਿਆਨ ਰੱਖਿਆ ਜਾ ਰਿਹਾ ਹੈਗਾ ਕੋਵਿਡ 19 ਦੇ ਰੂਲਸ ਦਾ। ਹਾਂਜੀ ਹਾਂਜੀ, ਕੋਵਿਡ 19 ਦੇਖੋ, ਕੋਵਿਡ 19 ਅੱਜ ਕੱਲ੍ਹ ਤਾਂ ਬਹੁਤ ਜ਼ਿਆਦਾ
हूँ पहले तो सी पर अजकल तो काफ़ी ज़्यादा केस बढ़ रहे कोविड-19 के केस काफ़ी बढ़ रहे हैं जिद करके सानू भी प्रकोशन पूरी लैनी पै रही है। स्टाफ भी पूरी प्रकोशन लै रहा है। ईवन दैन जो हैल्पर ही है मुंडे सारे सब प्रकोशन लैके काम कर रहे हैं। थैंक यू जितेंद्र जी। जी सा सारा हॉस्पिटल का उम्मीद का स्टाफ है जी। ऑल स्टाफ इज उम्मीद हॉस्पिटल। ईवन दैन मेडिकल अफसर डॉक्टर जितेंद्र कुमार।